ਮੋਹਾਲੀ ਦੀ ਮਸ਼ਹੂਰ ਹੋਮਲੈਂਡ ਸੁਸਾਇਟੀ ਦੇ ਬਾਹਰ ਇੱਕ ਵਾਰ ਫਿਰ ਤੋਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆ ਰਿਹਾ। ਤਾਂ ਦੱਸ ਦਈਏ ਕਿ ਗੋਲੀਆਂ ਦੇ ਨਾਲ ਇੱਕ ਵਾਰ ਫਿਰ ਤੋਂ ਕੰਬਿਆ ਮੋਹਾਲੀ ਤੇ ਹੋਮਲੈਂਡ ਸੁਸਾਇਟੀ ਦੇ ਬਾਹਰ ਇਹ ਗੋਲੀਆਂ ਚੱਲੀਆਂ ਨੇ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਹੋਮਲੈਂਡ ਸੁਸਾਇਟੀ ਦੇ ਨਾਲ ਲੱਗਦੀ ਮਾਰਕੀਟ ਦੇ ਵਿੱਚ ਜਦੋਂ ਦੋ ਭਰਾ ਸੜਕ ਦੇ ਉੱਤੇ ਖੜ੍ਹੇ ਸੀ ਤਾਂ ਪਿੱਛੋਂ ਤੇ ਆਏ ਗੱਡੀਆਂ ਦੇ ਵਿੱਚ ਹਮਲਾਵਰਾਂ ਨੇ ਉਹਨਾਂ ਦੇ ਉੱਤੇ ਤਾੜ ਤਾੜ ਕਰਕੇ ਕਈ ਗੋਲੀਆਂ ਚਲਾਈਆਂ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਦੋਵੇਂ ਭਰਾ ਵਾਲ ਵਾਲ ਬਚੇ ਨੇ। ਤਾਂ ਦੱਸ ਦਈਏ ਕਿ ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਇੱਕ ਵਾਰ ਫਿਰ ਤੋਂ ਹੋਮਲੈਂਡ ਸੁਸਾਇਟੀ ਚਰਚਾ ਦੇ ਵਿੱਚ ਆਈ ਹੈ, ਕਿਉਂਕਿ ਹੋਮਲੈਂਡ ਸੁਸਾਇਟੀ ਦੇ ਬਾਹਰ ਗੋਲੀਆਂ ਚੱਲੀਆਂ ਨੇ, ਦੋ ਭਰਾਵਾਂ ਦੇ ਉੱਤੇ ਗੋਲੀਆਂ ਚੱਲੀਆਂ ਨੇ, ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ। ਦਰਅਸਲ ਪੂਰੀ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਬੀਤੀ ਰਾਤ ਦਾ ਇਹ ਮਾਮਲਾ ਦੱਸਿਆ ਜਾ ਰਿਹਾ, ਜਦੋਂ ਦੋ ਭਰਾ ਇੱਕ ਮਾਰਕੀਟ ਦੇ ਵਿੱਚ ਖੜ੍ਹੇ ਹੁੰਦੇ ਨੇ ਤਾਂ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਇਹ ਹਮਲਾਵਰ ਆਉਂਦੇ ਨੇ ਅਤੇ ਕਈ ਰਾਊਂਡ ਫਾਇਰ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਮੌਕੇ ਦੇ ਉੱਤੇ ਹੁਣ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ। ਹਾਲਾਂਕਿ ਇਲਾਕੇ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਗੋਲੀਆਂ ਚੱਲਣ ਦੇ ਨਾਲ ਸਹਿਮ ਦਾ ਮਾਹੌਲ ਹੈ, ਪਰ ਕਿਹਾ ਜਾ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਉੱਥੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਲੇ ਦੁਆਲੇ ਲੱਗੀ ਸੀਸੀਟੀਵੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ। ਤਾਂ ਦੋ ਭਰਾਵਾਂ ਦੇ ਉੱਤੇ ਇਹ ਹਮਲਾ ਹੋਇਆ, ਕਈ ਰਾਊਂਡ ਉਹਨਾਂ ਦੇ ਉੱਤੇ ਗੋਲੀਆਂ ਚੱਲੀਆਂ ਨੇ, ਪਰ ਗਨੀਮਤ ਰਹੀ ਹੈ ਕਿ ਕੋਈ ਗੋਲੀ ਉਹਨਾਂ ਦੇ ਨਹੀਂ ਲੱਗੀ, ਜਿਸ ਦੇ ਕਾਰਨ ਉਹਨਾਂ ਦਾ ਵਾਲ ਵਾਲ ਬਚਾਅ ਹੋਇਆ। ਫਿਲਹਾਲ ਪੁਲਿਸ ਜੋ ਹੈ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਂਜੀ, ਮੈਨੂੰ ਕਾਲ ਆਈ ਹੈ, ਇੱਥੇ PCR ਪਾਰਟੀ ਪਹਿਲੇ ਪਹੁੰਚ ਚੁੱਕੀ ਸੀਗੀ ਅਤੇ ਮੈਂ ਅੱਜ ਮਟੌਰ ਪੁਲਿਸ ਸਟੇਸ਼ਨ ਦੇ ਵਿੱਚ ਡਿਊਟੀ ਆਫਿਸਰ ਸੀਗੀ ਤਾਂ ਇਹਨਾਂ ਨੇ ਕਾਲ ਕੀਤੀ ਹੈ, ਮੈਂ ਪਹੁੰਚੀ ਹਾਂ ਮੌਕੇ 'ਤੇ ਪਹੁੰਚੀ ਹਾਂ ਤਾਂ ਇੱਥੇ ਸਾਰੀ ਇਨਫੋਰਮੇਸ਼ਨ ਦਾ ਪਤਾ ਚੱਲਿਆ ਵੀ ਜਿਹੜੇ ਦੋ ਲੜਕੇ ਸੀਗੇ ਉੱਥੇ ਖੜ੍ਹੇ ਹੋਏ ਸੀਗੇ, ਸੁਖਵਿੰਦਰ ਸਿੰਘ ਨਾਮ ਹੈ, ਇੱਕ ਦਾ ਹੈਗਾ ਗੁਰਵਿੰਦਰ, ਦੋਨੋਂ ਭਰਾ ਨੇ ਉਹ ਅਤੇ ਉਹਨਾਂ 'ਤੇ 3-4 ਗੱਡੀਆਂ ਆਈਆਂ ਨੇ, ਉਹਨਾਂ ਨੇ ਫਾਇਰਿੰਗ ਕੀਤੀ ਹੈ ਤਕਰੀਬਨ 5 ਰਾਊਂਡ ਜਿੱਦਾਂ। ਇਹ ਦੋਨਾਂ ਭਰਾਵਾਂ ਦੇ ਉੱਪਰ ਫਾਇਰਿੰਗ ਕੀਤੀ? ਦੋਨਾਂ ਭਰਾਵਾਂ ਦੇ ਉੱਪਰ, ਬਟ ਉਹਨਾਂ ਦਾ ਨੁਕਸਾਨ ਨਹੀਂ ਹੋਇਆ, ਕੋਈ ਬਚਾਅ ਹੋ ਗਿਆ। ਕਿੰਨੇ ਰਾਊਂਡ ਫਾਇਰਿੰਗ ਹੋਈ ਮੈਮ ਟੋਟਲ? ਨੀਅਰ ਅਬਾਊਟ 5। ਔਰ ਲੱਗੀ ਵੀ ਹੈ ਕਿਸੇ ਦੇ ਕੋਈ? ਨਹੀਂ ਨਹੀਂ, ਉਹਨਾਂ ਦਾ ਬਚਾਅ ਹੋ ਗਿਆ ਅਤੇ 3 ਹੈ ਜਿਹੜੇ ਕੋਲ ਹੈ ਉਹ ਰਿਕਵਰ ਹੋ ਗਏ ਹੈ। ਓਕੇ, ਸੈਕਿੰਡਲੀ ਇਹ ਹੈ ਕਿ ਫਿਲਹਾਲ ਜਿਹੜਾ ਆਫੀਸਰਸ ਦੇ ਧਿਆਨ 'ਚ ਲਿਆਂਦਾ ਜਾਊ, ਇਹਨਾਂ ਦੋਨਾਂ ਭਰਾਵਾਂ ਨੂੰ ਹੈ, ਇਹਨਾਂ ਦੀ ਸੇਫਟੀ ਪਰਪਸ ਦੇ ਲਈ ਸਾਡੇ SOC ਹੈ 7 ਫੇਸ ਦੇ ਵਿੱਚ, ਆਪਣੇ ਉਹਨਾਂ ਦੀ ਸੁਪਰਵਿਜ਼ਨ ਹੈ DSP ਗੁਰਸ਼ੇਰ ਸੰਧੂ ਜੀ। ਓਕੇ, ਤੇ ਉਹਨਾਂ ਦੇ ਹੁਕਮਾਂ ਨਾਲ ਆਪਾਂ ਉੱਥੇ ਉਹਨਾਂ ਨੂੰ ਬਿਠਾਤਾ ਹੈ PCR ਪਾਰਟੀ ਉੱਤੇ। ਤੇ ਫਾਇਰਿੰਗ ਕਰਨ ਵਾਲੇ ਵੀ ਫੜੇ ਗਏ ਨੇ? ਨਹੀਂ, ਉਹ ਮੌਕੇ ਤੋਂ ਭੱਜ ਗਏ ਸੀਗੇ, ਉਹਨਾਂ ਦੇ ਨਾਮ ਵਗੈਰਾ ਪਤਾ ਲੱਗਿਆ ਕਿ ਉਹ ਇੱਥੇ ਹੋਮਲੈਂਡ ਦੇ ਵਿੱਚ ਹੀ ਅੰਦਰ ਰਹਿੰਦੇ ਆ। ਨਾਮ ਕੀ ਸਾਹਮਣੇ ਆਇਆ ਮੈਮ? ਨਾਮ ਉਹਨਾਂ ਦਾ ਜਸਪ੍ਰੀਤ ਸੇਠੀ ਕਰਕੇ, ਚੰਨ ਸੋਹੀ, ਪਰਮਵੀਰ ਧਾਲੀਵਾਲ, ਪੀਤਾ ਮੰਤਰੀ ਕਰਕੇ ਕੁਝ ਸਾਹਮਣੇ ਆਏ ਨੇ ਨਾਮ। ਫਿਲਹਾਲ ਉਹਨਾਂ ਦਾ ਜਿਹੜਾ CCTV ਸਾਹਮਣੇ ਆਈ ਮੈਮ? CCTV ਆਪਾਂ ਹੁਣ ਦੇਖਾਂਗੇ, ਚੈੱਕ ਕਰਦੇ ਆ ਸਾਰਾ ਕੁਝ ਜਲਦੀ ਹੀ ਜਿਹੜਾ ਇਹਨਾਂ ਬਾਰੇ। ਔਰ ਕਿਹੜੇ ਪੁਲਿਸ ਸਟੇਸ਼ਨ ਹੋਈ ਹੈ ਸੀ ਹੁਣ ਕੰਪਲੇਂਟ ਹੋਏਗੀ? ਇਹ ਮਟੌਰ ਪੁਲਿਸ ਸਟੇਸ਼ਨ। ਮਟੌਰ ਪੁਲਿਸ ਸਟੇਸ਼ਨ, ਹਾਂਜੀ ਹਾਂਜੀ, ਜਲਦੀ ਹੀ ਜਿਹੜਾ ਹੈਗਾ ਇਹਨਾਂ ਦਾ ਸਾਰਾ ਕਰਕੇ ਕਾਰਵਾਈ ਕੀਤੀ ਜਾਵੇਗੀ। ਠੀਕ ਠੀਕ।